ਸਾਉਣ ਮਹੀਨੇ 'ਚ ਤੀਜ ਤਿਉਹਾਰ ਮਨਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਲੁਧਿਆਣਾ ਦੇ ਸਥਾਨਕ ਹੋਟਲ ਵਿੱਚ ਆਯੋਜਿਤ ਤੀਜ ਉਤਸਵ 'ਚ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ ਅਤੇ ਹਰ ਕੋਈ ਇੱਥੇ ਪੰਜਾਬੀ ਸੱਭਿਆਚਾਰ ਦੇ ਰੰਗ 'ਚ ਪੂਰੀ ਤਰ੍ਹਾਂ ਰੰਗਿਆ ਹੋਇਆ ਨਜ਼ਰ ਆਇਆ। ਸੈਲੀਬ੍ਰੇਟ ਕਰਨਾ ਚਾਹੀਦਾ। ਸੈਲਫ ਤਨੀਸ਼ਾ, ਮੁਝੇ ਯਹਾਂ ਪਰ ਆ ਕੇ ਬਹੁਤ ਜ਼ਿਆਦਾ ਅੱਛਾ ਲੱਗਾ। ਹਮ ਯਹਾਂ ਪਰ ਫਸਟ ਟਾਈਮ ਤੀਜ ਕਾ ਤਿਉਹਾਰ ਮਨਾ ਰਹੇ ਹੈ। ਤੀਜ ਕਾ ਤਿਉਹਾਰ ਸਿਰਫ ਹਮ ਲੋਕ ਇਸ ਲਈ ਮਨਾ ਰਹੇ ਹੈ ਤਾਂ ਕਿ ਆਗੇ ਕੀ ਜਨਰੇਸ਼ਨ ਕੋ ਪਤਾ ਚਲੇ ਕਿ ਹਮਾਰੀ ਕਿਆ ਹੈ ਪੰਜਾਬ ਬਾਰੇ। ਮੇਰਾ ਨਾਮ ਸਵੀਟੀ ਹੈ। ਅਸੀਂ ਅੱਜ ਬਸੰਤ ਵਿੱਚ ਫਿਰੋਜ਼ ਗਾਂਧੀ ਮਾਰਕੀਟ ਦੇ ਵਿੱਚ ਆਪਣਾ ਤੀਜ ਦਾ ਤਿਉਹਾਰ ਬਹੁਤ ਸੋਹਣਾ ਮਨਾਇਆ। ਨਹੀਂ ਭੁੱਲਣਾ ਚਾਹੀਦਾ, ਅਸੀਂ ਇਹੀ ਕਹਿੰਦੇ ਹਾਂ ਕਿ ਅੱਗੋਂ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਕਰੋ ਪੂਰਾ, ਸਾਰੇ ਸੈਲੀਬ੍ਰੇਸ਼ਨ ਜਿਹੜੇ ਘਰ ਲੇਡੀਜ਼ ਜਿਹੜੇ ਬੈਠੀਆਂ ਨੇ ਇਹ ਮੌਕੇ ਦੇ ਵਿੱਚ ਆ ਕੇ ਆਪਣਾ ਪੂਰਾ ਆਨੰਦ ਮਾਣੋ। ਲੁਧਿਆਣਾ ਤੋਂ ਯੋਗੇਸ਼ ਕਪੂਰ ਨਾਲ ਬਾਬੀ ਕਾਠੀਆ ਦੀ ਰਿਪੋਰਟ, ਚੈਨਲ 2।